ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਫਲੋਰ ਵਿਖੇ ਹਥਿਆਰਬੰਦ ਸਮਗਲਰਾਂ ਦੀ ਪੁਲਿਸ ਨਾਲ ਹੋਈ ਮੁੱਠਪੇੜ ਇਸ ਇੱਕ ਦੇ ਲੱਗੀ ਗੋਲੀ ਵੱਡੀ ਖਬਰ ਆ ਚੁੱਕੀ ਹੈ ਖਬਰ ਨਿਸ਼ਚਿਤ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੱਲਣ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਬੀਤੀ ਸ਼ਾਮ ਹਤਿਆਰਪੰਸ ਸਮਗਲਾ ਨੇ ਗਰੋਨ ਫੜਨ ਲਈ ਪੁਲਿਸ ਦੀ ਉਹਨਾਂ ਨਾਲ ਮੁਠਪੇੜ ਹੋ ਗਈ ਇੱਕ ਸਮਗਲਰ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੇ ਬਾਵਜੂਦ ਆਪਣੇ ਸਾਥੀ ਨਾਲ ਪੁਲਿਸ ਨੂੰ ਧੋਖਾ ਦੇ ਕੇ ਫਰਾਰ ਹੋਣ 'ਚ ਸਫਲ ਹੋ ਗਿਆ ਜਦਕਿ ਉਹਨਾਂ ਦੇ ਇੱਕ ਸਾਥੀ ਰਾਹੁਲ ਜਿਸ ਦੇ ਘਰ 'ਚ ਉਹ ਪਨਾਹ ਲੈ ਰੁਕੇ ਸਨ ਉਸ ਨੂੰ ਵਣਜ ਪੁਲਿਸ ਸਫਲ ਰਹਿ ਗਈ ਸੂਚਨਾ ਮੁਤਾਬਿਕ ਬੀਤੇ ਹਫਤੇ ਜੱਗ ਬਾਣੀ ਨੇ ਸੂਤਰਾਂ ਦੇ ਹਵਾਲੇ ਨਾਲ ਵੱਡਾ ਖੁਲਾਸਾ ਕੀਤਾ ਸੀ ਕਿ ਸ਼ਹਿਰ ਦੇ ਵਿੱਚ ਇੱਕ ਗਰੋਹ ਹਥਿਆਰਾਂ ਦੀ ਖੇਪ ਨਾਲ ਪੁੱਜ ਚੁੱਕਾ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਚੌਕਸ ਹੋ ਚੁੱਕਾ ਹੈ ਉਕਤ ਗਰੋਹ ਨੇ ਆਪਣਾ ਦਬਦਬਾ ਕਾਇਮ ਕਰਨ ਲਈ ਖਾੜ੍ਹ ਮੁਹੱਲੇ ਦੇ ਰਹਿਣ ਵਾਲੇ ਚਿੰਦਰ ਸ਼ੇਖਰ ਨਾਲ ਹੋਈ ਮਾਮੂਲੀ ਜਿਹੀ ਤਕਰਾਰ ਤੋਂ ਬਾਅਦ ਉਸ ਦੇ ਘਰ ਤੇ 6 ਤੋਂ 7 ਰਾਉਂਡ ਫਾਇਰ ਕਰਕੇ دہشت ਫਲਾ ਦਿੱਤੀ ਹੈ ਜਿਹਾ ਬੀਤੀ ਦਿਨੀ ਪੁਲਿਸ ਨੇ ਗਰੋਹ ਦੇ ਇੱਕ ਮੁੰਡੇ ਰਾਜੂ ਪੁੱਤਰ ਬਿੱਟੂ ਨੂੰ ਨਜਾਇਜ਼ ਪਿਸਤੌਲਜ਼ ਨਾਲ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਹੈ ਕਿ ਉਸਦੇ گروਹ ਦੇ ਹੋਰ ਵੀ ਤਿੰਨ ਮੈਂਬਰ ਨੇ ਜੋ ਫਰਾਰ ਚੱਲ ਰਹੇ ਹਨ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।